ਕੰਪਲੀ ਸਾਰੇ ਇਕੱਠੇ ਹੋਏ ਆ 9 ਤਰੀਕ ਦਿਨ ਮੰਗਲਵਾਰ ਨੂੰ ਦੁਪਹਿਰੇ 1 ਵਜੇ ਬੋੜੀ ਬਾਬਾ ਭੰਡਾਰੀ ਦੀ ਜੀ ਉੱਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਦੀ ਅਸੀਂ ਇੱਕ ਵਿਸ਼ਾਲ ਰੈਲੀ ਕਰਵਾਉਣ ਲੱਗੇ ਹਾਂ ਜਿਸ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਸੀਨੀਅਰ ਲੀਡਰ ਵਰਕਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਸ ਰੈਲੀ ਦੇ ਵਿੱਚ ਪਹੁੰਚ ਕੇ ਉਸ ਰੈਲੀ ਨੂੰ ਕਾਮਯਾਬ ਬਣਾਈਏ ਨੂੰ ਜਾਗਰੂਕ ਕਰਨਾ। ਜ਼ਿਲ੍ਹਾ ਕਾਂਗਰਸ ਦੀ ਰੈਲੀ ਹੈ ਜੀ? ਜ਼ਿਲ੍ਹਾ ਕਾਂਗਰਸ ਕੋਈ ਨੁਮਾਇੰਦੇ ਨਹੀਂ ਹੈ। ਮੈਂ ਵਾਈਸ ਪ੍ਰਧਾਨ ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦਾ। ਨਹੀਂ ਤੁਸੀਂ ਵਾਈਸ ਪ੍ਰਧਾਨ ਹੋ? ਨਹੀਂ ਮਨਜ਼ੂਰ ਨਹੀਂ ਹੋਇਆ ਸੀ ਮੇਰਾ ਰਜਾਈ ਨੂੰ। ਅੱਛਾ, ਤੋ ਸਰ ਜਿਹੜੀ ਤੁਹਾਡੇ ਬੋਰਡ ਲੱਗੇ ਪਏ ਕਿਸੇ ਦੀ ਫੋਟੋ ਨਹੀਂ ਜ਼ਿਲ੍ਹਾ ਕਾਂਗਰਸ ਦੀ ਕਿਸੇ ਵੀ ਪਦਾਧਿਕਾਰੀ ਦੀ? ਬੋਰਡ ਲੱਗਦੇ ਵਿੱਚ ਫੋਟੋ ਲੱਗਣ ਦੇ ਨਾਲ ਲੱਗਣਾ ਕੋਈ ਕਾਂਗਰਸ ਦੇ ਸਾਰੇ ਕੌਂਸਲਾਂ ਦੀ ਬੋਰਡ ਲੱਗੀ ਹੈ, ਫੋਟੋਆਂ ਲੱਗੀਆਂ ਸਾਰਿਆਂ ਦੇ। ਹਾਂਜੀ, ਜ਼ਿਲ੍ਹਾ ਪ੍ਰਧਾਨ ਅਗਰ ਆ ਰਹੇ ਸਾਰੀ ਬੋਡੀ ਦੇ ਬੇਨਤੀ ਕਰਾਂਗੇ ਉਹਨਾਂ ਨੂੰ ਆ ਜਾਣਗੇ, ਠੀਕ ਹੈ ਨਹੀਂ ਤੁਹਾਨੂੰ ਦੀ ਮਰਜ਼ੀ ਨੂੰ ਜਾਗਰੂਕ ਕਰਨਾ। ਜ਼ਿਲ੍ਹਾ ਕਾਂਗਰਸ ਦੀ ਰੈਲੀ ਹੈ ਜੀ? ਜ਼ਿਲ੍ਹਾ ਕਾਂਗਰਸ ਕੋਈ ਨੁਮਾਇੰਦੇ ਨਹੀਂ ਹੈ? ਮੈਂ ਵਾਈਸ ਪ੍ਰਧਾਨ ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦਾ। ਨਹੀਂ ਤੁਸੀਂ ਵਾਈਸ ਪ੍ਰਧਾਨ? ਨਹੀਂ ਮਨਜ਼ੂਰ ਨਹੀਂ ਹੋਇਆ ਸੀ ਮੇਰਾ ਰਜਾਈ ਨੂੰ। ਅੱਛਾ, ਤੋ ਸਰ ਜਿਹੜੀ ਤੁਹਾਡੇ ਬੋਰਡ ਲੱਗੇ ਪਏ ਕਿਸੇ ਦੀ ਫੋਟੋ ਨਹੀਂ ਜ਼ਿਲ੍ਹਾ ਕਾਂਗਰਸ ਦੀ ਕਿਸੇ ਵੀ ਪਦਾਧਿਕਾਰੀ ਦੀ? ਬੋਰਡ ਲੱਗਦੇ ਵਿੱਚ ਫੋਟੋ ਲੱਗਣ ਦੇ ਨਾਲ ਲੱਗਣਾ ਕੋਈ ਕਾਂਗਰਸ ਦੇ ਸਾਰੇ ਕੌਂਸਲਾਂ ਦੀ ਬੋਰਡ ਲੱਗੀ ਹੈ, ਫੋਟੋਆਂ ਲੱਗੀਆਂ ਸਾਰਿਆਂ ਦੇ। ਹਾਂਜੀ, ਜ਼ਿਲ੍ਹਾ ਪ੍ਰਧਾਨ ਅਗਰ ਆ ਰਹੇ ਸਾਰੀ ਬੋਡੀ ਦੇ ਬੇਨਤੀ ਕਰਾਂਗੇ ਉਹਨਾਂ ਨੂੰ ਆ ਜਾਣਗੇ, ਠੀਕ ਹੈ ਨਹੀਂ ਤੁਹਾਨੂੰ ਦੀ ਮਰਜ਼ੀ। 20 ਦੇ 20 ਕੌਂਸਲਾਂ ਦੀ ਮੀਟਿੰਗ ਹੋਈ ਸੀਗੀ ਜੀ, ਅੱਜ ਵੀ ਸਾਰੇ ਕੌਂਸਲਰ ਨਾਲ ਨੇ, 17 ਕੌਂਸਲਾਂ ਦੀ ਮੀਟਿੰਗ ਹੋਈ ਸੀ ਜੀ, ਸਰਪੰਚਾਂ ਨਾਲ ਵੀ ਕੱਲ ਮੀਟਿੰਗ ਸਾਰਿਆਂ ਨਾਲ ਹੋ ਗਈ ਹੈ। ਤਕਰੀਬਨ ਹਰੇਕ ਕਾਂਗਰਸੀ ਵਰਕਰ ਆਊਗਾ। ਜ਼ਿਲ੍ਹਾ ਲੈਵਲ ਦੀ ਹੈ ਕਿ ਸਿਟੀ ਲੈਵਲ? ਜ਼ਿਲ੍ਹਾ ਲੈਵਲ ਦੀ ਜੀ। ਕੀ ਨਹੀਂ, ਵਿਧਾਨ ਸਭਾ ਹੁਸ਼ਿਆਰਪੁਰ ਦੀ ਲੈਵਲ ਦੀ ਕੌਂਸਟੀਚੁਐਂਸੀ ਜਾਨੀ। ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਪੁਰਾਣੇ ਆਗੂ ਵੀ ਰਹਿ ਚੁੱਕੇ ਹੋ, ਉਹ ਵਿੱਚ ਆਊਗੇ ਜਿੰਨੇ ਵੀ ਹੋਏ ਸਾਰੇ? ਸਾਰੇ ਸੀਨੀਅਰ ਕਾਂਗਰਸ ਲੀਡਰ ਆਣਗੇ ਜੀ। ਹਾਂਜੀ, ਕਾਰਨ ਕੀ ਹੋ ਗਿਆ ਹੈ ਰੈਲੀ ਕਰਨ ਦਾ? ਜਿਹੜਾ ਨਹੀਂ ਰੈਲੀ ਕਰਨ ਦਾ ਪ੍ਰਧਾਨ ਜੀ ਕਾਰਨ ਤਾਂ ਨਹੀਂ ਹੁੰਦਾ, ਰੈਲੀ ਦੇ ਵਰਕਰ ਨੂੰ ਜਦੋਂ ਅਸੀਂ ਵਰਕਰ ਹਾਂ ਆਪਣੇ ਲੀਡਰ ਨੂੰ ਜਦੋਂ ਮਰਜ਼ੀ ਬੁਲਾ ਸਕਦੇ ਹਾਂ। ਲੋਕ ਸਭਾ ਦਾ ਇਲੈਕਸ਼ਨ ਨਜ਼ਦੀਕ ਆ ਗਿਆ, ਉਹਦਾ ਕਾਰਨ ਹੈ? ਉਹਦੇ ਲਈ ਵੀ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਕੋਈ ਵਧੀਆ ਕੈਂਡੀਡੇਟ ਦੇਣ। ਸਰ ਵੱਡੇ ਆਗੂ ਕਿਹੜੇ ਸ਼ਾਮਲ ਹੋ ਰਹੇ ਨੇ ਵਿੱਚ? ਹਾਲੇ ਤੱਕ ਨਵਜੋਤ ਸਿੰਘ ਸਿੱਧੂ ਜੀ ਨੇ, ਸੰਤੋਸ਼ ਚੌਧਰੀ ਨੇ ਮੈਡਮ, ਬਾਕੀ ਉਹਨਾਂ ਦੇ ਨਾਲ ਜਿਹੜੇ ਆਣਗੇ ਲੀਡਰ ਸਾਰੇ। ਸਿੱਧੂ ਸਾਹਿਬ ਦਾ ਕੋਈ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਇਸ ਵੇਲੇ ਹੱਲਾ ਪਿਆ, ਇਹਨਾਂ ਨੂੰ ਬਾਹਰ ਕੱਢਣ ਦੇ ਸਗੋਂ ਇਸ ਵੇਲੇ ਪ੍ਰਚਾਰ ਹੋ ਰਿਹਾ ਹੈ? ਦੇਖੋ, ਅਸੀਂ ਪਤਾ ਜੀ ਇਸ ਲੈਵਲ ਦੇ ਬੰਦੇ ਨਹੀਂ ਹੈ, ਸਾਨੂੰ ਤਾਂ ਇੰਨਾ ਪਤਾ ਹਾਲੇ ਤਾਂ ਕਾਂਗਰਸੀ ਹੈ, ਤਾਂ ਅਸੀਂ ਕਾਂਗਰਸੀ ਰੈਲੀ ਕਰਾ ਰਹੇ ਹਾਂ। ਇਹ ਵੱਡੇ ਲੈਵਲ ਦੀਆਂ ਗੱਲਾਂ ਇਹ ਵੱਡੇ ਲੀਡਰਾਂ ਨੂੰ ਪਤਾ ਹੋਊਗਾ, ਹਾਈ ਕਮਾਂਡ ਨੂੰ ਪਤਾ ਹੋਊਗਾ। ਸਿੱਧੂ ਸਾਹਿਬ ਤੋਂ ਇਲਾਵਾ ਹੋਰ ਵੀ ਕੋਈ ਲੀਡਰ? ਮੈਡਮ ਸੰਤੋਸ਼ ਚੌਧਰੀ ਆਣਗੇ ਜੀ, ਬੇਨਤੀ ਸਾਰਿਆਂ ਨੂੰ ਕਰਾਂਗੇ, ਬੇਨਤੀ ਸਾਰੇ ਲੀਡਰਾਂ ਨੂੰ ਕਰਾਂਗੇ, ਐਕਸ ਐਮ ਐਲ ਏ ਨੂੰ, ਐਮ ਐਲ ਏ ਨੂੰ, ਸਾਰਿਆਂ ਨੂੰ ਬੇਨਤੀ ਕਰਾਂਗੇ ਜੀ। ਤੁਸੀਂ ਕਰ ਰਹੇ ਹੋ ਤਾਂ ਕਿੱਥੇ ਕਰ ਰਹੇ ਹੋ? 9 ਤਰੀਕ ਨੂੰ ਜੀ, 1 ਵਜੇ ਬੋੜੀ ਬਾਬਾ ਭੰਡਾਰੀ ਦੀ ਹਰਿਆਣਾ ਰੋਡ ਤੇ ਕਰ ਰਹੇ ਜੀ। ਤੁਸੀਂ ਕਿਹਾ ਕਿ ਲੋਕ ਸਭਾ ਨੂੰ ਲੈ ਕੇ ਕਰ ਰਹੇ ਹੋ, ਹਨਾ, ਤੇ ਇਹਦੇ ਵਿੱਚ ਜਿੱਦਾਂ ਹੁਣ ਲੋਕ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਗਠਬੰਧਨ ਹੋਇਆ, ਤੁਹਾਨੂੰ ਵੀ ਪਤਾ ਹੈ, ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਕਾਰ ਹੈ, ਉਹਦੇ ਨਾਲ ਸਰਕਾਰ ਦੀ ਜਿਹੜੇ ਕਾਂਗਰਸੀ ਆਗੂ ਆ ਉਹਨਾਂ ਦੀ ਬਣਦੀ ਨਹੀਂ ਹੈ, ਤੇ ਹੁਣ ਅਗਲੇ ਮਤਲਬ ਕਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਇਕੱਠੇ ਹੋ ਕੇ ਤੁਸੀਂ ਸੀਨੀਅਰ ਆਗੂਆਂ ਦੀ ਮੈਂ ਸੁਣਦੇ? ਹਾਂਜੀ ਹਾਂਜੀ, ਕਿਸੇ ਨੇ ਕਿਹਾ ਕਿ ਪੰਜਾਬ ਸਮਝੌਤਾ ਹੋ ਗਿਆ? ਉਪਰਲੀ ਬੋਡੀ ਨੇ ਨਾ, ਉਪਰਲੀ ਬੋਡੀ ਨੇ ਕਿਹਾ ਨਾ ਥੱਲੜੀ ਬੋਡੀ ਨੇ ਕਿਹਾ ਹਾਲੇ ਸਮਝੌਤਾ ਹੋਇਆ ਆਮ ਆਦਮੀ ਪਾਰਟੀ ਨੇ, ਉਹ ਜਦੋਂ ਹਾਈਕਮਾਂਡ ਕਹੂਗੀ ਉੱਥੇ ਅਸੀਂ ਜਵਾਬ ਦੇਵਾਂਗੇ। ਬੱਟੀ ਜੀ, ਜਿਹੜੀ ਰੈਲੀ ਹੋ ਰਹੀ ਹੈ, ਇਹ ਬੜੀ ਵੱਲੋਂ ਕੋਈ ਆਦੇਸ਼ ਹੋਇਆ ਸੀ ਕਿ ਆਪਣਾ ਇੰਡੀਵਿਜੁਅਲ ਕੋਈ ਫੈਸਲਾ ਹੈਗਾ? ਇਹ ਸਾਡੀ ਕਾਂਗਰਸ ਪਾਰਟੀ ਦਾ ਫੈਸਲਾ ਹੈ, ਕੋਈ ਅਸੀਂ ਬਾਗੀ ਰੈਲੀ ਨਹੀਂ ਕਰਾ ਰਹੇ, ਅਸੀਂ ਕਾਂਗਰਸ ਦੀ ਰੈਲੀ ਕਰਾ ਰਹੇ, ਸਾਡਾ ਮਨ ਆ ਜਿਹੜੇ ਮਰਜ਼ੀ ਲੀਡਰ ਨੂੰ ਬੁਲਾਈਏ, ਜਿੱਥੇ ਸਾਡਾ ਮਨ ਉਹਨੂੰ ਬੁਲਾ ਲਿਆ। ਸਰ ਉਹੀ ਮੈਂ ਕਹਿ ਰਿਹਾ ਕਿ ਤੁਹਾਡੀ ਮਤਲਬ ਕਾਂਗਰਸ ਦੇ ਪ੍ਰਧਾਨ ਮਤਲਬ ਪ੍ਰਦੇਸ਼ ਪ੍ਰਧਾਨ ਬਣੀ ਹੈ ਜੀ, ਉਹਨਾਂ ਦਾ ਕੋਈ ਫਰਮਾਨ ਆਇਆ? ਉਹਨਾਂ ਦੀ ਸਿੱਧੂ ਸਾਹਿਬ ਨਾਲ ਗੱਲ ਹੋਈ, ਉਹਨਾਂ ਦਾ ਫਰਮਾਨ ਉਹਨਾਂ ਨੂੰ ਹੋਊਗਾ, ਕਦੀ ਕਰਾ ਰਹੇ ਅਸੀਂ ਤੁਸ ਲੈਵਲ ਦੇ ਬੰਦੇ ਯਾਨੀ ਕਿ ਬੜੀ ਸਾਹਿਬ ਵੀ ਆ ਰਹੇ, ਜੇ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਉਹ ਵੀ ਆ ਜਾਣਗੇ। ਠੀਕ, ਉਹ ਤਾਂ ਸਿੱਧੂ ਸਾਹਿਬ ਬੇਨਤੀ ਕਰਨਗੇ ਨਾ ਜੀ ਉਹਨਾਂ ਨੂੰ? ਤੁਹਾਨੂੰ ਮੈਸੇਜ ਸਿੱਧੂ ਸਾਹਿਬ ਦਾ? ਹਾਂਜੀ, ਸਿੱਧੂ ਸਾਹਿਬ ਨਹੀਂ ਮੈਸੇਜ ਨਹੀਂ, ਅਸੀਂ ਮੈਸੇਜ ਕੀਤਾ ਉਹਨਾਂ ਨੂੰ ਕਿ ਅਸੀਂ ਰੈਲੀ ਕਰਾਉਣੀ ਚਾਹੁੰਦੇ ਹਾਂ, ਇਸ ਰੈਲੀ ਦੇ ਵਿੱਚ ਸਾਡਾ ਸਹਿਯੋਗ ਕਰਕੇ ਇਸ ਰੈਲੀ ਨੂੰ ਕਾਮਯਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ। ਔਰ ਇਸ ਦੇ ਨਾਲ ਹੀ ਮੈਂ ਇਹ ਵੀ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ ਵੀ ਇਹ ਸਿਰਫ ਔਰ ਸਿਰਫ ਕਾਂਗਰਸ ਦੀ ਰੈਲੀ ਆ, ਔਰ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ, ਜੋ ਕਿ ਤੁਸੀਂ ਸਾਰੇ ਜਾਣਦੇ ਹੀ ਆ ਕਿ ਪਿਛਲੇ ਲਗਭਗ ਕੋਈ 2 ਸਾਲ ਦਾ ਅਰਸਾ ਹੋ ਗਿਆ ਕਾਂਗਰਸ ਹੁਸ਼ਿਆਰਪੁਰ ਦੇ ਵਿੱਚ ਜੋ ਸਿਆਸੀ ਹਾਲਾਤ ਆ ਉਹ ਇੱਕ ਲਵਾਰਸ ਤਰ੍ਹਾਂ ਦੀ ਕਾਂਗਰਸ ਹੋਈ ਪਈ ਆ। ਕਾਂਗਰਸ ਨੂੰ
थोड़ा बूस्ट करने वास्ते थोड़ा उपर चकन वास्ते ये रैली कर रहे हैं और बिना किसी धड़ेबंदी तो उपर उठ के सारे लीडर सारे जिन्हें सत्कारयोग साडे सीनियर लीडरशिप हैगी है या लोकल हुशियारपुर की लीडरशिप हैगी है उन्होंने सारे वास्ते असी निमंत्रण देना और मैं आस करदा कि वह सारे इस रैली दे विच पहुंचने की कोशिश करनगे और इस रैली नूं असी सारे 17 कौंसलर और होर भी जिन्हें साडे अहुदेदार साहबान हैगे रल मिल के कामयाब करांगे। सब तो पहलो तो जिन्हें भी साडे प्रेस दे साथी इत्थे आए आ सारिआं दा तहे दिलों शुक्र गुजार हां सी। मैं जिला इंटक दा प्रधान अजनी शर्मा बोल रहा जी। सानू कांग्रेस कमेटी वालों साडे जिहड़े कांग्रेस दे सीनियर वाइस प्रधान आ विश्वनाथ जी इन्हां वालों न्योता मिलिया सीगा कि असीं इक इत्थे रैली करनी आ जिहदे सरदार नवजोत सिंह जी सिद्धू आ रहे आ। इंटक जिहड़ी हैगी आ इक मतलब कांग्रेस दा बहुत ही इंपोर्टेंट अंग आ और हुशियारपुर दे विच इंटक काफी मजबूत हुई है और असि कोशिश ये कर रहे हैं कि जिदा इंटक मजबूत हो रही है उदा कांग्रेस भी मजबूत हो गए। इसलिए असि सारे जिन्हें साडे कांग्रेस के वड्डे लीडर आ जिले के लीडर आ सारिआं नूं इह अपील करांगे कि जे बंडी भाजी ने रैली करवाण दी सोची हैगी आ ते सारे जने रल मिल के आओ ते जिहड़ी कांग्रेस बिखरी हुई है उन्हूं आपां इकट्ठा करके एक मंच से लिया के एक वधिया ढंग नाल क्योंकि हुशियारपुर की कांग्रेस बहुत मजबूत कांग्रेस सीगी जिहड़ी कि हुण थोड़ा जिहा बिखराव च आ उन्हों आप कट्ठे करके एक मज अगे जड़ा इलेक्शन आ रहा 24 का